ਬੰਦੇ ਤਕਰੀਬਨ ਪੜ੍ਹੇ ਲਿਖੇ ਨੇ। ਸ਼ੇਰਬਾਜ਼ੀ ਜਿਹੜੀ ਹੈ ਇਹ ਪੰਜਾਬੀ ਪਠਵਾਰੀ ਸ਼ੇਰਖਾਨੀ ਜਿਹੜੀ ਹੈ ਇਹ ਬੜੀ ਅਦਬ ਦੀ ਮਹਿਫਲ ਹੋਣੀ ਅਤੇ ਬੜੀ ਅੱਛੀ ਮਹਿਫਲ ਹੋਣੀ, ਇਸਨੇ ਬੜੀਆਂ ਸਬਕ ਅਮੋਲ ਦੀਆਂ ਗੱਲਾਂ ਹੋਣੀਆਂ। ਇਸਨੇ ਸ਼ਾਇਰ ਅਲਾਮਾ ਇਕਬਾਲ ਜੇ ਲੋਕ ਵੀ ਹੋਏ, ਮੀਆਂ ਸਾਹਿਬ ਆਰਫਾਨੇ ਖੜੀ ਜੇ ਲੋਕ ਵੀ ਹੋਏ ਅਤੇ ਬੜੀਆਂ ਬੜੀਆਂ ਚੰਗੀਆਂ ਹਸਤੀਆਂ ਸ਼ੌਰਾਰੀਆਂ ਹੋਈ ਗੁਜ਼ਰੀਆਂ ਅਤੇ ਇਹਨਾਂ ਵਿੱਚ ਇਮਾਮ ਦੀਨ ਜੇ ਲੋਕ ਵੀ ਸ਼ਾਇਰ ਹੋਏ। ਅਤੇ ਸ਼ੇਰ ਜਿਹੜਾ ਹੈ ਪਠਵਾਰੀ ਦਾ ਇਹ ਚਾਰ ਕਲੀਆਂ ਨਾਲ ਹੋਣਾ, ਅਤੇ ਮਾਨੀ ਮਕਾਨ ਨੀ ਮਕਾਨ ਕੀ ਮਿਸਤਰੀ ਤਾਮੀਰ ਕਰਨਾ ਅਤੇ ਸ਼ੇਰ ਕੀ ਸ਼ਾਇਰ ਤਿਆਰ ਕਰਨਾ। ਮਕਾਨ ਬਾਹਰੋਂ ਤੱਕਣਾ ਕੁਝ ਹੋਰ ਹੋਣਾ ਅਤੇ ਅੰਦਰੋਂ ਤੱਕਣਾ ਕੁਝ ਹੋਰ ਹੋਣਾ। ਜਿਹੜਾ ਬੰਦਾ ਮਕਾਨ ਕੀ ਬਾਹਰੋਂ ਤੱਕ ਹੈ ਉਹ ਅੰਦਰੋਂ ਨਹੀਂ ਦੱਸੀ ਸਕਣਾ, ਇਸਨੇ ਅੰਦਰ ਚਰਪਾਈ ਕਿੱਥੇ ਆਈ, ਕੁਰਸੀ ਕਿੱਥੇ ਆਈ, ਮੇਜ਼ ਕਿੱਥੇ ਆ, ਬਰਤਨ ਕਿੱਥੇ ਆ। ਜਦ ਤੱਕ ਉਸ ਮਕਾਨ ਦਾ ਦਰਵਾਜ਼ਾ ਖੋਲ੍ਹੀ ਅੰਦਰ ਨਾ ਜਾਏ। ਇਸ ਵਾਸਤੇ ਬਜ਼ਾਇਰ ਸ਼ੇਰ ਕੁਝ ਹੋਰ ਹੋਣਾ, ਉਸਨੇ ਅੰਦਰ ਬੜੋ ਕੁਝ ਹੋਰ ਨਜ਼ਰੀ ਹੱਸਣਾ। ਤੋ ਸ਼ੇਰ ਆਰਜ਼ੂ ਕਰਨਾ ਸ਼ਾਇਰ ਬਾਦਾਏ ਮੈਂ ਗੁਲ ਰੰਗ ਅਤਾ ਕਰਕੇ ਜ਼ਰਾ ਸਾ ਕੀਆ ਸੋਜ ਦਾ ਸਾਜ਼ ਦੇ
ਨਾ ਬੇਲੀਆ ਸਫਾ ਕੇ ਮੰਦਾ ਨਨਾਨਵੇ ਹੈ ਸਫਾ ਕੇ ਮੰਦਾ ਨਨਾਨਵੇ ਹੈ ਕਾਸਰ ਇਨਸਾ ਕਿਆ ਹਮਦੋ ਸਨਾ Thank you.
ਦਾ ਅਦਮ ਸੀ ਆਸਤਿਕ ਕੁੰਨ ਕਹਿ ਦੀਏ ਹਾਏ ਪੁੱਤਰੀ ਖਾਕ ਨੂੰ ਨਾਲ ਜਾਲ
ਹਜ਼ਾਰਾਂ ਮਿਸਾਲਾਂ ਤੁਸਾਂ ਦੇ ਸਾਹਮਣੇ ਮੌਜੂਦ ਵੀ ਆ ਕਿ ਅਗਰ ਵਾਲਦੈਨ ਜ਼ਿੰਦਾ ਏ ਤਾਂ ਬੱਚੇ ਬੜੇ ਔਖੇ ਪੇ ਪੱਲੇ, ਅਗਰ ਉਹਨਾਂ ਨੂੰ ਸਾਇਆ ਸਿਰ ਤੋਂ ਉੱਠ ਗਿਆ ਅਤੇ ਯਤੀਮ ਹੋ ਗਏ ਅਤੇ ਉਹਨਾਂ ਦਾ ਵਕਤ ਹੋ ਹੀ ਸਕਣਾ ਆਸਾਨੀ ਨਾਲ ਗੁਜ਼ਰਿਆ ਪਿਆ, ਕਿਉਂ ਹਜ਼ਾਰਾਂ ਸਾਰ ਉਹਨਾਂ ਨੇ ਹੱਥਾਂ ਸਿਰੇ ਪਰ ਆ ਗਿਆ ਸੀ। ਅਤੇ ਪਾਲਣ ਵਾਲੀ ਉਸਦੀ ਜ਼ਾਤ ਹੈ, ਉਹ ਪਾਲਣਾ ਰਹਿਣਾ ਜੇ ਮਰਨਾ ਉਸਨੇ ਅਖਤਿਆਰ ਹੈ। ਜਿਸ ਤਰ੍ਹਾਂ ਮੀਆਂ ਸਾਹਿਬ ਸਰਕਾਰ ਨੇ ਇੱਕ ਜਗ੍ਹਾ ਫਰਮਾਇਆ ਕਿ ਬਾਜ਼ੇ ਲੋਕ ਤਵੱਕਲ ਵਾਲੇ ਬਾਜ਼ ਵਸੀਲਿਓਂ ਪਲਦੇ, ਕਿ ਵਸੀਲਾ ਬਾਪ ਨਾ ਹੋਣਾ ਉਹ ਸਰ ਤੋਂ ਸਾਇਆ ਉੱਠ ਗਿਆ, ਬਜ਼ਾਹਿਰ ਤੋਂ ਉਹਨਾਂ ਨੇ ਸਿਰੇ ਪਰ ਕੋਈ ਸਾਇਆ ਨਹੀਂ, ਲੇਕਿਨ ਉਸ ਨਾਲ ਸਾਇਆ ਤਾਂ ਹੈ ਜਿਸ ਪੈਦਾ ਕੀਤਾ ਹੈ ਉਹਨਾਂ ਕੀ। ਜਿਹੜੇ ਲੋਕ ਤਵੱਕਲ ਵਾਲੇ ਬਾਜ ਵਸੀਲਿਓਂ ਪਲਦੇ, ਬਾਹਾਂ ਤੇ ਦਰਿਆਵਾਂ ਨਾਲ ਤਾਜ਼ੇ ਰੁੱਖ ਜੰਗਲ ਦੇ। ਫਿਰ ਸਰਕਾਰ ਫਰਮਾਏ ਜੋ ਕੁਝ ਰਿਜ਼ਕ ਕਿਸੇ ਦਾ ਕੀਤੋਸ, ਜੋ ਕੁਝ ਰਿਜ਼ਕ ਕਿਸੇ ਦਾ ਕੀਤੋਸ, ਲਿਖਿਆ ਕਦੀ ਨਾ ਟਾਲੇ, ਲੱਖ ਕਰੋੜ ਤੱਕੇ ਬੁਰਿਆਈਆਂ ਫਿਰ ਵੀ ਉਹੋ ਪਾਲੇ। ਚੋਗ ਜਿਨ੍ਹਾਂ ਦੀ ਮੋਤੀ ਕੀਤੀ ਉਸ ਨਹੀਂ ਚੁਗਦੇ ਉਹ ਦਾਣੇ, ਬਖਤ ਜਿਨ੍ਹਾਂ ਦੇ ਗੋਸ਼ਤ ਲਿਖੇ ਉਸ ਦਹਿੰਦਾ ਜ਼ੋਰ ਤੰਗਾਣੇ। ਵੈਸੇ ਬੰਦਾ ਇਹ ਕਈ ਵਾਰੀ ਜਾਣੇ ਨਾ, ਕਦੇ ਮੈਂ ਨਾ ਹੋਵਾਂ ਤੇ ਸਾਰਾ ਟੱਬਰ ਭੁੱਖਾ ਹੀ ਮਰ ਗਿਆ। ਇਹ ਕਈ ਜਾਣੇ ਹੋਣੇ ਨਾ ਮਾੜੇ ਜੇ ਬਿਲਕੁਲ, ਉਹ ਇਹ ਸਾਰਾ ਟੱਬਰ ਮਾੜੇ ਸਿਰਿਆ ਭਰਾ ਤੇ ਬਾਦਸ਼ਾਹ ਹੀ ਪਿਆ ਕਰਨਾ, ਕਦੇ ਮੈਂ ਨਾ ਹੋਵਾਂ ਤੇ ਸਾਰੇ ਭੁੱਖੇ ਮਰੀ ਕਿਸ਼ਨ। ਇਸਦਾ ਮਤਲਬ ਹੈ ਆਣਾ ਮੈਂ ਹੀ ਹੋਰ ਰਜ਼ਾਕ ਹਾਂ। ਬਹਰਹਾਲ ਇਹ ਨਹੀਂ ਸੋਚਣਾ ਕਿ ਮੈਂ ਮਾਦਰੇ ਸ਼ਿਕਮ ਵਿੱਚ ਸਤਿਗੁਰ ਰੋਜ਼ੀ ਦੇਣਾ ਸਾ। ਉਹ ਕਰੂਣ ਜਿਹੇ ਲੱਖਾਂ ਮੁਕਰਾਂ ਨੂੰ, ਉਹ ਕਰੂਣ ਜਿਹੇ ਲੱਖਾਂ ਮੁਕਰਾਂ ਨੂੰ ਨਾਲ ਪੱਤੇ ਚੀਕ ਵਿੱਚ ਦਾਰ ਦੀ ਡਾਲੀਏ।